ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਗੁਰਾਇਆ ਨੇੜਲੇ ਪਿੰਡ ਬਡਾਲਾ ਵਿਖੇ ਇੱਕ ਸੜਕੀ ਹਾਦਸੇ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਅਤੇ ਇੱਕ ਨੌਜਵਾਨ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ। ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ ਸੰਦੀਪ ਕੁਮਾਰ ਪੁੱਤਰ ਕਮਲਜੀਤ ਵਾਸੀ ਪਿੰਡ ਬਡਾਲਾ ਅਤੇ ਅਸ਼ਵਨੀ ਕੁਮਾਰ ਵਾਸੀ ਬਡਾਲਾ ਸਕੂਟਰੀ ਤੇ ਸਵਾਰ ਹੋ ਕੇ ਜਡਿਆਲਾ ਤੋਂ ਬਡਾਲਾ ਵੱਲ ਨੂੰ ਆ ਰਹੇ ਸਨ। ਜਦ ਉਹ ਬਡਾਲਾ ਦੇ ਪੈਟਰੋਲ ਪੰਪ ਨਜ਼ਦੀਕ ਪੁੱਜੇ ਤਾਂ ਬਡਾਲਾ ਵੱਲ ਤੋਂ ਆ ਰਹੇ ਇੱਕ ਟਰੈਕਟਰ ਜੋ ਕਿ ਪੈਟਰੋਲ ਪੰਪ ਵੱਲ ਨੂੰ ਮੁੜਨ ਲੱਗਾ ਸੀ ਨਾਲ ਉਹਨਾਂ ਦੀ ਸਿੱਧੀ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਸਕੂਟਰੀ ਚਲਾ ਰਹੇ ਸੰਦੀਪ ਕੁਮਾਰ ਦੀ ਮੌਤ ਹੋ ਗਈ ਜਦਕਿ ਉਸਦੇ ਪਿੱਛੇ ਬੈਠਾ ਅਸ਼ਵਨੀ ਕੁਮਾਰ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ। ਜ਼ਖਮੀ ਹਾਲਤ ਵਿੱਚ ਅਸ਼ਵਨੀ ਕੁਮਾਰ ਨੂੰ ਪਹਿਲਾਂ ਸਿਵਲ ਹਸਪਤਾਲ ਬਡਾਲਾ ਭੇਜਿਆ ਗਿਆ ਜਿੱਥੇ ਉਸਦੀ ਹਾਲਤ ਨੂੰ ਦੇਖਦੇ ਹੋਏ ਜਲੰਧਰ ਰੈਫਰ ਕਰ ਦਿੱਤਾ ਗਿਆ। ਇਸ ਹਾਦਸੇ ਦੀ ਸਾਰੀ ਵੀਡੀਓ ਪੈਟਰੋਲ ਪੰਪ 'ਤੇ ਲੱਗੇ CCTV ਕੈਮਰੇ ਵਿੱਚ ਕੈਦ ਹੋ ਗਈ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਸ ਹਾਦਸੇ ਤੋਂ ਬਾਅਦ ਟਰੈਕਟਰ ਚਾਲਕ ਟਰੈਕਟਰ ਲੈ ਕੇ ਫਰਾਰ ਹੋ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਨੂਰਮਹਿਲ ਹਰਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਟਰੈਕਟਰ ਦੀ ਭਾਲ ਕੀਤੀ ਜਾ ਰਹੀ ਹੈ। ਜਿਹੜਾ ਬਿਆਨ ਹੈਗਾ ਉਹ ਜੰਡਿਆਲੇ ਤੋਂ ਆਉਂਦੇ ਸੀ ਜੀ ਦੋਵੇਂ ਮੁੰਡੇ। ਟਰੈਕਟਰ ਤੇਲ ਪਾਉਣ ਲਈ ਅੰਦਰ ਨੂੰ ਬੰਨ ਲੱਗਾ ਸੀ ਉਹਦੇ ਵਿੱਚ ਲੱਗੇ ਆ, ਮੁੜ ਕੇ ਟਰੈਕਟਰ ਮਾਰ ਕੇ ਤਾਂ ਸਕੂਟਰੀ ਕੱਢ ਕੇ ਤਾਂ ਚਲੇ ਗਏ ਉਹ ਬੰਦੇ। ਕਿਹੜੇ ਪਿੰਡ ਦੇ ਜੀ ਬੰਦੇ? ਇਹ ਬੰਦੇ ਇੱਕ ਬਰਾਲੇ ਦੇ ਹੀ ਆ ਦੋ ਜੀ। ਨਾਮ ਕੀ ਸੀਗਾ ਇਹਨਾਂ? ਇੱਕ ਦਾ ਨਾਂ ਸੰਦੀਪ ਕੁਮਾਰ ਆ, ਇੱਕ ਦਾ ਨਾਂ ਅਸ਼ਨੀ ਆ। ਠੀਕ ਹੈ ਜੀ। ਅਤੇ ਦੂਸਰਾ ਜਿਹੜਾ ਜ਼ਖਮੀ ਹੋਇਆ ਉਹਦੇ ਉਹ ਜਲੰਧਰ ਲੈ ਗਿਆ ਉਹਨੂੰ ਜੀ, ਉਹਦੀ ਲੱਤ ਟੁੱਟੀ ਹੈ, ਸੀਰੀਅਸ ਹੈ ਉਹ ਵੀ। ਟਰੈਕਟਰ ਵਾਲੇ ਚਲੇ ਗਏ ਜੀ, ਉਹ ਚਲੇ ਗਿਆ, ਉਹਨੇ ਕੱਢੇ ਬੰਦੇ ਲੈ ਕੇ ਨਹੀਂ ਗਿਆ ਚੱਕ ਕੇ, ਉਹ ਚਲੇ ਗਿਆ। ਕਿਸੇ ਨੇ ਦੇਖਿਆ ਨਹੀਂ ਕੌਣ ਸੀ ਉਹ? ਇਹ ਪੰਪ ਵਾਲਿਆਂ ਸਾਰਿਆਂ ਨੇ ਦੇਖਿਆ ਪਰ ਹੁਣ ਕੋਈ ਦੱਸਣ ਨੂੰ ਤਿਆਰ ਨਹੀਂ। ਉਹ 8:40-45 ਦੇ ਹੋਇਆ ਜੀ। ਤੁਹਾਨੂੰ ਕਿੰਨੇ ਕੁ ਵਜੇ ਪਤਾ ਲੱਗਿਆ? ਸ਼ਾਮ ਦੇ ਟਾਈਮ ਕਰੀਬ 8:55 ਦੇ ਫੋਨ ਗਿਆ ਜੀ ਥਾਣੇ। ਕਿਹਨਾਂ ਦਾ ਫੋਨ ਗਿਆ ਸਰ? ਕਿਸੇ ਇੱਥੋਂ ਪੰਪ ਵਾਲਿਆਂ ਕੀਤਾ ਉੱਥੇ ਥਾਣੇ 'ਚ, ਅਤੇ ਜਿਹੜਾ ਉੱਥੇ ਡਿਊਟੀ ਅਫਸਰ ਆ ਗਿਆ ਉਸ ਵੇਲੇ ਮੈਂ ਵੀ ਆ ਗਿਆ ਥਾਣੇ। ਜਾ ਕੇ ਕੀਤਾ ਵੈਰੀਫਾਈ, ਇਹ ਟਰੈਕਟਰ ਦੇ ਨਾਲ ਐਕਸੀਡੈਂਟ ਹੋਇਆ, ਜੌਂਡੀ ਦਾ ਟਰੈਕਟਰ ਆ, ਸਕੂਟਰੀ ਇੱਕ ਲੜਕੇ ਦੀ ਸਕੂਟਰੀ ਜੌਂਡੀ ਦੇ ਵਿੱਚ ਸਕੂਟਰੀ ਲੱਗੀ, ਇਹ ਲੜਕੇ ਜਿਹੜੇ ਸਕੂਟਰੀ ਦੇ ਸੀ ਦੋ ਜਣੇ, ਉਹਦੇ 'ਚ ਇੱਕ ਦੀ ਡੈਥ ਹੋ ਗਈ, ਦੂਜੇ ਸੱਟਾਂ ਲੱਗੀਆਂ, ਜਿਹੜਾ ਜਲੰਧਰ ਰੈਫਰ ਕਰ ਦਿੱਤਾ। ਕਿੰਨੇ ਜਣੇ ਸੀਗੇ ਸਕੂਟਰੀ 'ਤੇ? ਸਕੂਟਰੀ 'ਤੇ 2 ਜਣੇ ਸੀ। ਅਤੇ ਦੂਸਰੀ ਦੀ ਹਾਲਤ ਕਿੱਦਾਂ ਜੀ? ਦੂਸਰੀ ਹਾਲਤ ਜਿੱਥੋਂ ਆਇਆ ਸੀ ਠੀਕ ਹੈ, ਉਹਦਾ ਬਚਾਅ ਹੈ, ਉਹਦਾ ਬਾਕੀ ਆ ਵੀ ਜਾ ਕੇ ਉਹਦਾ ਮੌਕੇ ਜਾ ਕੇ ਦੇਖਦੇ ਹਾਂ ਫਿਰ ਉਹਦਾ ਵੀ। ਟਰੈਕਟਰ ਵਾਲੀ ਦਾ ਸਰ ਪਤਾ ਲੱਗਿਆ ਜੀ? ਟਰੈਕਟਰ ਵਾਲੀ ਦਾ ਟਰੈਕਟਰ ਵੈਰੀਫਾਈ ਕਰ ਲੈਂਦੇ ਹਾਂ, ਉਹ ਫੁਟੇਜ ਹੈਗੀ, ਵੀਡੀਓ ਫੁਟੇਜ ਹੈ, ਉਹਦਾ ਕੋਈ ਵੈਰੀਫਾਈ ਕਰ ਲੈਂਦੇ।